ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰੰਗਜ਼ੇਬ ਨੇ ਜਲਾਦਾਂ ਕੋਲੋਂ ਪੁੱਛਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਸੇਵਕਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਨੂੰ ਮੌਤ ਦੇ ਘਾਟ ਉਤਰਦਿਆਂ ਵੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ 'ਤੇ ਕੋਈ ਅਸਰ ਹੋਇਆ ਕਿ ਨਹੀਂ। ਜਲਾਦਾਂ ਆਖਿਆ, ਉਹ ਤਾਂ ਹਸ਼ਾਸ ਵਿਸ਼ਾਸ ਨਿਡਰ ਹੋ ਕੇ ਸੇਵਕਾਂ ਨੂੰ ਮੌਤ ਦੇ ਘਾਟ ਉਤਰਦਿਆਂ ਵੇਖਦਾ ਰਿਹਾ ਹੈ। ਬਾਦਸ਼ਾਹ ਨੇ ਸਾਰੀ ਦਿੱਲੀ ਸ਼ਹਿਰ ਵਿੱਚ ਢੰਡੋਰਾ ਫਿਰਾਇਆ ਕਿ ਜੁੰਮੇ ਰਾਤ ਵਾਲੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿਰ ਚਾਂਦਨੀ ਚੌਂਕ ਵਿੱਚ ਧੜ ਤੋਂ ਜੁਦਾ ਕੀਤਾ ਜਾਏਗਾ, ਸਾਰੇ ਲੋਕ ਆ ਕੇ ਵੇਖੋ। ਹਿੰਦੂਆਂ ਨੂੰ ਡਰਾਉਣ ਲਈ ਇਹ ਢੰਡੋਰਾ ਦਿੱਤਾ ਗਿਆ ਅਤੇ ਨਾਲ ਇਹ ਵੀ ਕਿਹਾ ਗਿਆ ਕੋਈ ਹਿੰਦੂ ਘਰ ਵਿੱਚ ਨਾ ਬੈਠੇ, ਹਰ ਇੱਕ ਨੂੰ ਉਸੇ ਵੇਲੇ ਚਾਂਦਨੀ ਚੌਂਕ ਵਿੱਚ ਆਉਣਾ ਪਏਗਾ। ਹਜ਼ਾਰਾਂ ਹਿੰਦੂ ਹੰਝੂ ਘੇਰਦੇ ਆ ਗਏ ਚਾਂਦਨੀ ਚੌਂਕ ਵਿੱਚ। ਔਰੰਗਜ਼ੇਬ ਦਾ ਖਿਆਲ ਸੀ ਵੇਖਣ ਵਾਲੇ ਹਿੰਦੂ ਤਾਂ ਉਸ ਵਕਤ ਕਲਮਾ ਪੜ੍ਹ ਲੈਣਗੇ ਅਤੇ ਜਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਮੁਸਲਮਾਨ ਬਣਾਉਣ ਵਿੱਚ ਸਹਾਈ ਹੋਣਗੇ ਅਤੇ ਮੁਸਲਮਾਨ ਬਣਾਉਣ ਲਈ ਤਿਆਰ ਕਰਨਗੇ। ਉਹ ਵਕਤ ਆਇਆ ਗੁਰੂ ਜੀ ਨੇ ਕੋਤਵਾਲੀ ਦੀ ਹਵਾਲਾਤ ਤੋਂ ਕੱਢ ਕੇ ਚਾਂਦਨੀ ਚੌਂਕ 'ਚ ਲਿਆਂਦਾ ਗਿਆ। ਹੁਕਮ ਆਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅਜੇ ਵੀ ਸਮਾਂ ਹੈ। ਗੁਰੂ ਤੇਗ ਬਹਾਦਰ ਜੀ ਨੂੰ ਕਿਹਾ, ਮੰਨੋ ਇਸਲਾਮ ਨੂੰ ਅਤੇ ਜਾਨ ਬਚਾਓ, ਹੋਰ ਕੋਈ ਆਖਰੀ ਖਾਹਿਸ਼ ਹੈ ਤਾਂ ਦੱਸੋ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ, ਸਤਿਗੁਰ ਜੀ ਚੌਂਕੜਾ ਲਾ ਕੇ ਬੈਠ ਗਏ ਅਤੇ ਜਲਾਦਾਂ ਨੂੰ ਹੁਕਮ ਕੀਤਾ ਕਿ ਤੁਸੀਂ ਆਪਣਾ ਹੁਕਮ ਬਜਾਓ, ਜੋ ਤੁਹਾਨੂੰ ਹੁਕਮ ਹੋਇਆ ਹੈ ਔਰੰਗਜ਼ੇਬ ਦਾ, ਤਲਵਾਰ ਚਲਾਓ। ਉਸ ਦਿਨ ਬਹੁਤ ਹਨੇਰੀ ਚੜ੍ਹ ਗਈ, ਜ਼ੋਰ ਦੀ ਬੱਦਲ ਗੱਜਿਆ, ਹਨੇਰੀ ਚੱਖੜ ਪਰਲੋ ਝੁਲਿਆ। ਜਲਾਦ ਨੇ ਤਲਵਾਰ ਚਲਾਈ ਅਤੇ ਸੀਸ ਧੜ ਨਾਲੋਂ ਜੁਦਾ ਕਰ ਦਿੱਤਾ। ਐਡੇ ਜ਼ੋਰ ਦੀ ਕਾਲੀ ਹਨੇਰੀ ਝੁੱਲੀ, ਲਾਲ ਹਨੇਰੀ ਝੁੱਲੀ, ਦਿਨੇ ਹੀ ਰਾਤ ਪੈ ਗਈ। ਭੀੜ ਵਿੱਚੋਂ ਇੱਕ ਗੁਰੂ ਨਾਨਕ ਦਾ ਸਿੱਖ ਅੱਗੇ ਵਧਿਆ ਅਤੇ ਛੇਤੀ ਨਾਲ ਸੀਸ ਨੂੰ ਆਪਣੀ ਚਾਦਰ ਵਿੱਚ ਲਪੇਟ ਕੇ ਅਤੇ ਉੱਥੋਂ ਚਾਲੇ ਪਾਤੇ ਅਨੰਦਪੁਰ ਸਾਹਿਬ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।